ਬਹੁਤ ਵਧੀਆ ਜੀ ਬਹੁਤ ਵਧੀਆ ਮੂਵੀ ਹੈ ਤੇ ਜੇ ਇੱਕ ਚੀਜ਼ ਬੈਸਟ ਪਿਕਅਪ ਕਰਨੀ ਹੋਵੇ ਮੂਵੀ ਚੋਂ ਮੈਨ ਤਾਂ ਪੂਰੀ ਮੂਵੀ ਬੈਸਟ ਲੱਗੀ ਮੈਨੂੰ ਇੱਕ ਚੀਜ਼ ਤਾਂ ਮੈਂ ਆਈ ਡੋਨਟ ਥਿੰਕ ਸੋ ਆਈ ਕੈਨ ਪੁਆਇੰਟ ਆਊਟ ਸਮਥਿੰਗ ਬਟ ਏਵਰੀਥਿੰਗ ਵਾਸ ਗੁੱਡ ਸੋ ਵਾਟਸ ਯੂਰ ਰੇਟਿੰਗ ਆਊਟ ਆਫ 5 5 ਵਾਟ ਡੂ ਯੂ ਵਾਂਟ ਟੂ ਸੇ ਟੂ ਆਡੀਅੰਸ ਇਟਸ ਅ ਮਸਟ ਵਾਚ ਮੂਵੀ ਆਪ ਤੁਸੀਂ ਆਓ ਆਪਣੀ ਫੈਮਿਲੀ ਨਾਲ ਤੇ ਮੂਵੀ ਦੇਖੋ ਥੈਂਕ ਯੂ ਸੋ ਮਚ ਫॉर योर ਮੈਂ ਕਿਵੇਂ ਲੱਗੀ ਫਿਲਮ ਗੁੱਡ ਮੂਵੀ ਕਿਵੇਂ ਲੱਗੀ ਫਿਲਮ ਵੈਰੀ ਨਾਈਸ ਮੂਵੀ ਥੈਂਕ ਯੂ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਮੂਵੀ ਥੈਂਕ ਯੂ ਬਹੁਤ ਵਧੀਆ ਫੁੱਲ ਔਨ ਕਾਮੇਡੀ ਪੰਜਾਬੀ ਮੂਵੀ ਨੂੰ ਫੁੱਲ ਐਂਟਰਟੇਨਮੈਂਟ ਥੈਂਕ ਯੂ ਕਿਵੇਂ ਲੱਗੀ ਮੈਨੂੰ ਤੁਹਾਨੂੰ ਵੈਰੀ ਗੁੱਡ ਮੂਵੀ ਐਕਸਲੈਂਟ ਥੈਂਕ ਯੂ ਬਹੁਤ ਕੈਂਟ ਮੂਵੀ ਹੈ ਜੀ ਸਿਰਾ ਡਾਇਲੌਗ ਬਹੁਤ ਵਧੀਆ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਇੰਜੋਏ ਕਰਿਆ ਫੁੱਲ ਕਿਉਂਕਿ ਹਾਸੀ ਦੇ ਨਾਲ ਨਾ ਬੰਦੇ ਨੂੰ ਇਮੋਸ਼ਨਲ ਕਰ ਦੇਣਾ ਜਿਹੜਾ ਉੱਥੇ ਸੀਨ ਆਇਆ ਬਿਲਕੁਲ ਮੇਰੇ ਵੀ ਮਤਲਬ ਮੈਂ ਇਹ ਚੀਜ਼ ਦੇਖ ਕੇ ਨਾ ਜਦੋਂ ਦੇਖਦਾ ਡੁਗਾਈ 'ਚ ਵਗ ਜਾਂਦਾ ਤਾਂ ਰੋਣ ਨਿਕਲਣ ਵਾਲਾ ਹੋ ਜਾਂਦਾ ਗੋਲ ਗੱਪੇ ਹੋਈ ਪਈ ਹੈ ਸਾਰਿਆਂ ਨੇ ਦੇਖਿਆ ਹੋਣਾ ਸਾਨੂੰ ਬਸ ਇਹੀ ਖੁਸ਼ੀ ਹੋਊ ਸਾਡੇ ਵੀਰ ਦੀ ਲਿਖੀ ਹੋਈ ਫਿਲਮ ਸੁਪਰ ਡੁਪਰ ਹਿੱਟ ਹੋਵੇ ਤੇ ਲੋਕ ਪਿਆਰ ਦੇਣ ਸਾਰਿਆਂ ਨੂੰ ਬੇਨਤੀ ਹੈ ਕਿ ਖੁੱਲ ਕੇ ਆਓ ਜੀ ਥੈਂਕ ਯੂ ਸਰ ਬਹੁਤ ਵਧੀਆ ਬਿਨੂ ਢਿੱਲੋਂ ਭਾਈ ਦੀ ਐਕਟਿੰਗ ਐਕਟਿੰਗ ਬਹੁਤ ਵਧੀਆ ਕਾਮੇਡੀ ਬਹੁਤ ਵਧੀਆ ਐਸ ਇਟ ਇਜ਼ ਆਊਟ ਆਫ 5 ਸਟਾਰ ਕਿੰਨੇ ਦੋਗੇ ਮੈਂ ਸਰ ਥਿੰਕ ਅਕੋਰਡਿੰਗ ਤੇ ਸਟੋਰੀ ਅਕੋਰਡਿੰਗ 4.5 ਥੈਂਕ ਯੂ ਮੈਂ ਕਿਵੇਂ ਲੱਗੀ ਫਿਲਮ ਵਧੀਆ ਸੀ ਸਰ ਕਿਵੇਂ ਲੱਗੀ ਗੋਲ ਗੱਪੇ ਬਹੁਤ ਸੋਹਣੀ ਸਟੋਰੀ ਹੈ ਡਾਇਲੌਗ ਦਾ ਸਕਰੀਨ ਦਾ ਸਭ ਕੁਝ ਵਧੀਆ ਐਕਟਿੰਗ ਦਾ ਤੁਹਾਨੂੰ ਪਤਾ ਹੀ ਵਧੀਆ ਹੁੰਦੀ ਆ ਤੇ ਜੇ ਆਪਾਂ ਗੱਲ ਕਰੀਏ ਇੱਕ ਬੈਸਟ ਚੀਜ਼ ਚਾਹਣੀ ਹੋਵੇ ਸਭ ਤੋਂ ਬੈਸਟ ਬੈਸਟ ਚੀਜ਼ ਤਾਂ ਇਹੀ ਹੈ ਕਿ ਡਾਇਲੌਗ ਵਗੈਰਾ ਸਭ ਨੂੰ ਸੋਹਣੇ ਲੱਗੇ ਆ ਜੀ ਹੋਰ ਐਕਟਰ ਵੀ ਸਭ ਤੋਂ ਵਧੀਆ ਇੱਕ ਡਿਪਰੈਸ਼ਨ ਦੇ ਜ਼ਮਾਨੇ 'ਚ ਅੱਜ ਨਵੀਂ ਚੀਜ਼ ਆਪਾਂ ਨੂੰ ਹਾਸੇ ਦੀ ਰੂਪ 'ਚ ਮਿਲੀ ਹੈ ਤੇ ਪੰਜਾਂ 'ਚੋਂ ਨੰਬਰ ਕਿੰਨੇ ਦਿੰਦੇ ਆ ਫਿਰ ਪੰਜਾਂ 'ਚੋਂ ਪੰਜ ਹੀ ਦਊਂਗਾ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਕਿਵੇਂ ਲੱਗੀ ਤੁਹਾਨੂੰ ਗੋਲ ਪਿਕਚਰ ਜੀ ਬਹੁਤ ਹੀ ਅੱਛੀ ਲੱਗੀ ਹਰ ਇੱਕ ਸੀਨ ਇੰਨਾ ਗ੍ਰਿਪਿੰਗ ਇੰਨਾ ਕਾਮੇਡੀ ਔਰ ਹਰ ਇੱਕ ਐਕਟਰ ਨੇ ਇੰਨਾ ਲਾਜਵਾਬ ਕੰਮ ਕੀਤਾ ਚਾਹੇ ਬੀਨ ਸ਼ਰਮਾ ਸਰ ਹੋਣ ਜਾਂ ਬੀਨੂ ਭਾਜੀ ਹੋਣ ਸਾਰਿਆਂ ਨੇ ਲਾਜਵਾਬ ਕੰਮ ਕੀਤਾ ਜੇ ਰੇਟਿੰਗ ਦੇਣੀ ਹੋਵੇ ਆਊਟ ਆਫ 5 5 ਤੋਂ 5 ਨੰਬਰ ਦਊਂਗਾ ਐਂਡ ਇਟਸ ਅ ਮਸਟ ਵਾਚ ਮੂਵੀ